हाँ जी, वो तुसी जिक्र भी करया सी, जदों मर्जी फड़ा दी मुन्नी हल दी। हाँ ਤੇ ਅੱਜ ਕੱਲ ਤਾਂ ਮੇਰੇ ਖਿਆਲ ਸਾਡੇ ਵਰਗੇ ਨੂੰ ਪਤਾ ਹੀ ਨਹੀਂ ਵੀ ਮੁੰਨੀ ਕਾਸ ਨੂੰ ਕਹਿੰਦੇ ਆ। ਅੱਜ ਕੱਲ ਤਾਂ ਇੱਕ ਨਾਲ ਜਿਹੜੇ ਮਹਾਵਰੇ ਚੱਲਦੇ ਸੀ ਜੋ ਜ਼ਮਾਨਾ ਸੀ ਉਹਦੇ ਮੁਤਾਬਕ, ਹੁਣ ਤਾਂ ਕਿਸੇ ਨੇ ਹਾਲ ਬਹੁਤੇ ਨਹੀਂ ਦੇਖੇ ਹੋਣੇ। ਮੈਨੂੰ ਐਵੇਂ ਨਾ ਤੂੰ ਜਾਣੀ ਪੀਵਾਂ ਉੱਥੇ ਜਾ ਕੇ ਪਾਣੀ, ਗਾਮੀ ਸੰਗਤ ਪੂਰੇ ਪਿੰਡ ਤੇਰੇ। ਹਾਂਜੀ ਹਾਂਜੀ, ਸੁੰਘਿਆ ਸੀ ਫੁੱਲ ਪਹਿਲੇ ਪਹਿਲੇ ਕੀ ਲਾਈਨ ਸੀ। ਹਾਂਜੀ, ਮੇਰੇ ਖਿਆਲ ਉਦੋਂ ਸਾਡੀ ਉਮਰ ਹੀ ਬੜੀ ਛੋਟੀ ਹੋਣੀ ਆ। ਉਹਦੇ 'ਚ ਫਿਰ ਮੈਂ ਪ੍ਰਧਾਨ ਬਣਾਇਆ, ਮੈਨੂੰ ਸੰਧੀਲੇ ਨੂੰ ਵਾਈਸ ਪ੍ਰਧਾਨ, ਚਮਕੀਲਾ ਖਜ਼ਾਨ 'ਚ ਹੀ ਹੁੰਦਾ ਸੀ। ਅੱਛਾ ਜੀ, ਕਿਉਂਕਿ ਉਹਦਾ ਦਫ਼ਤਰ ਸੀ ਸਾਰਾ ਉੱਥੇ ਹੀ ਅਰੇਂਜਮੈਂਟ ਹੋਇਆ ਸੀ ਜੀ। ਅੰਕਲ ਜੀ, ਕੁਝ ਕੁ ਸਾਲ ਪਹਿਲਾਂ ਅਸੀਂ ਤੁਹਾਨੂੰ ਬੀਬਾ ਰਣਜੀਤ ਕੌਰ ਜੀ ਨਾਲ ਗਾਉਂਦੇ ਵੇਖਦੇ ਹੁੰਦੇ ਸੀ। ਹਾਂਜੀ ਹਾਂਜੀ, ਅਤੇ ਉਹਨਾਂ ਨਾਲ ਤਾਂ ਤੁਸੀਂ ਗਾਉਣ ਬਾਅਦ 'ਚ ਲੱਗੇ, ਉਦੋਂ ਪਹਿਲਾਂ ਵੀ ਕੋਈ ਗੀਤ ਆਪ ਵੀ ਰਿਕਾਰਡ ਕਰਵਾਇਆ ਤੁਸੀਂ ਆਪਦੀ ਆਵਾਜ਼ ਦੇ ਵਿੱਚ? ਤੂੰ ਵੀ ਚਤਰ ਚਲਾਕ ਕਹਾਉਂਦੀ, ਉਹ ਵੀ ਬੜਾ ਸ਼ਿਕਾਰੀ ਨੀ, ਗਾਮੀ ਸੰਗਤ ਪੁਰੀਏ ਵਰਗਿਆਂ ਨਾਲ ਛੜੇ ਦੀ ਯਾਰੀ ਨੀ, ਅੱਗ ਲਾ ਦਿਆ ਕਰ ਜਰਾ ਮੁੱਖ ਤੋਂ ਘੁੰਡ ਸਰਕਾ ਦਿਆ ਕਰ, ਕਦੇ ਬੁੱਲਾਂ ਵਿੱਚ ਮਸਕਾ ਦਿਆ ਕਰ, ਇੱਦਾਂ ਹੀ ਜਾਂਦਾ ਸਰਨੀ ਕਿ ਮੂੰਹ ਵਿੱਚ ਪਾਲੂ, ਬਹੁਤਾ ਨਾ ਡਰਿਆ ਕਰਨੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਗ੍ਰੇਟ ਪੰਜਾਬੀ ਸਿੰਗਰਜ਼ ਬਾਏ ਗੁਰਵਿੰਦਰ ਔਲਖ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਪੰਜਾਬ ਪਲੱਸ ਟੀਵੀ 'ਤੇ। ਦੋਸਤੋ, ਤੁਸੀਂ ਜਾਣਦੇ ਹੀ ਆ ਕਿ ਆਪਾਂ ਪੰਜਾਬੀ ਸੰਗੀਤ ਨਾਲ ਜੁੜੀਆਂ ਵੱਡੀਆਂ ਵੱਡੀਆਂ ਹਸਤੀਆਂ ਨੂੰ ਤੁਹਾਡੇ ਰੂਬਰੂ ਕਰਾਉਂਦੇ ਰਹਿੰਦੇ ਹਾਂ, ਖਾਸ ਕਰਕੇ ਪੁਰਾਣੇ ਗੀਤਕਾਰ, ਪੁਰਾਣੇ ਗਾਇਕਾਂ ਨਾਲ ਆਪਣਾ ਵਾਹ ਵਾਸਤਾ, ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ। ਅਤੇ ਅੱਜ ਪੰਜਾਬੀ ਸੰਗੀਤ ਦੀ ਬਹੁਤ ਵੱਡੀ ਹਸਤੀ, ਜਿਨ੍ਹਾਂ ਦਾ ਗੀਤਕਾਰੀ ਦੇ ਵਿੱਚ ਬਹੁਤ ਵੱਡਾ ਨਾਂ ਹੈ, ਉਹਨਾਂ ਨੂੰ ਤੁਹਾਡੇ ਰੂਬਰੂ ਕਰਾਉਣ ਲੱਗੇ ਹਾਂ। ਮੇਰੀ ਮੁਰਾਦ ਆ ਗਾਮੀ ਸੰਗਤਪੁਰੀਆ ਜੀ ਤੋਂ। ਗਾਮੀ ਸੰਗਤਪੁਰੀਆ ਜੀ ਨੂੰ ਤੁਸੀਂ ਸਾਰੇ ਜਾਣਦੇ ਹਾਂ, ਅਤੇ ਅੱਜ ਆਪਾਂ ਉਹਨਾਂ ਨਾਲ ਕੁਝ ਗੱਲਾਂ ਕਰਨੀਆਂ, ਕੁਝ ਉਹਨਾਂ ਤੋਂ ਗੱਲਾਂ ਪੁੱਛਣੀਆਂ, ਅਤੇ ਆਪਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਹਾਂਜੀ ਅੰਕਲ ਜੀ, ਸਵਾਗਤ ਕਰਦੇ ਤੁਹਾਡਾ ਜੀ। ਮੈਂ ਦੀਆਂ ਕਹਿਣਾ ਜੀ, ਧੰਨਵਾਦ ਪੰਜਾਬ ਪਲੱਸ ਟੀਵੀ ਯੂਟਿਊਬ ਚੈਨਲ ਵਾਲਿਆਂ ਨੂੰ ਜੀ ਜੀ ਜੀ, ਸਭ ਦਾ ਧੰਨਵਾਦ ਕਰਦਾ ਜੀ ਆਇਆਂ ਨੂੰ ਜੀ। ਹਾਂਜੀ, ਤੁਹਾਨੂੰ ਵੇਖ ਕੇ ਰੂਹ ਖੁਸ਼ ਹੋ ਜਾਂਦੀ ਹੈ, ਕਿਉਂਕਿ ਜਿਹੜੇ ਤੁਹਾਡੇ ਲਿਖੇ ਗੀਤ ਆ, ਚਾਹੇ ਉਹ ਮੁਹੰਮਦ ਸਦੀਕ ਜੀ ਨੇ ਗਾਏ ਹੋਣ, ਠੀਕ ਹੈ, ਰਣਜੀਤ ਕੌਰ ਜੀ ਨੇ ਗਾਏ ਹੋਣ, ਚਾਹੇ ਉਹ ਕਰਨੈਲ ਗਿੱਲ ਸਾਹਿਬ ਨੇ ਗਾਏ ਹੋਣ, ਠੀਕ ਹੈ ਜੀ, ਉਹ ਗੀਤ ਉਦੋਂ ਤੋਂ ਚੱਲਦੇ ਆ ਜਦੋਂ ਸਾਡਾ ਜਨਮ ਵੀ ਨਹੀਂ ਸੀ ਹੋਇਆ। ਉਹਨਾਂ ਗੀਤਾਂ ਨੂੰ ਸੁਣ ਸੁਣ ਕੇ ਅਸੀਂ ਜਵਾਨ ਹੋ ਗਏ, ਬਚਪਨ ਤੋਂ ਉਹ ਗੀਤ ਸੁਣਦੇ ਆ ਰਹੇ ਹਾਂ ਜੀ, ਅਤੇ ਉਹ ਗੀਤ ਅੱਜ ਵੀ ਅਮਰ ਆ। ਪਹਿਲਾਂ ਤਾਂ ਇਹੀ ਦੱਸੋ ਵੀ ਤੁਹਾਡਾ ਜਿਹੜਾ, ਤੁਹਾਨੂੰ ਗੀਤ ਲਿਖਣ ਦਾ ਸ਼ੌਂਕ ਕਦੋਂ ਪਿਆ ਸੀ? ਸ਼ੌਂਕ ਤਾਂ ਵੀਰ ਜੀ ਮੈਨੂੰ ਬਹੁਤ ਛੋਟੀ ਉਮਰ 'ਚੋਂ ਪੈ ਗਿਆ ਸੀ ਜੀ, ਮੈਨੂੰ ਚੰਗੀ ਤਰ੍ਹਾਂ ਯਾਦ ਆ ਜੀ, ਜਦੋਂ ਮੈਂ 5ਵੀਂ ਜਮਾਤ ਵਿੱਚ ਪੜ੍ਹਦਾ ਹੁੰਦਾ ਜੀ, ਉਹ ਟਾਈਮ ਮੈਂ ਉਹ ਬਾਰ ਦਰਬਾਰ ਲੱਗਦਾ ਹੁੰਦਾ ਸੀ ਸਾਡੇ ਟਾਈਮ ਜੀ ਜੀ, ਮੈਂ ਆਪ ਲਿਖ ਕੇ ਗੀਤ ਗਾਉਂਦਾ ਹੁੰਦਾ ਸੀ ਸਕੂਲ 'ਚ, ਵਾਹ, ਮਾਸਟਰ ਸੁਣਦੇ ਹੁੰਦੇ ਸੀ। ਹਾਂ ਜੀ, 5ਵੀਂ ਪੜ੍ਹਦਾ ਹੁੰਦਾ ਸੀ, ਉਹ ਤੋਂ ਬਾਅਦ ਫਿਰ 6ਵੀਂ 'ਚ ਮੈਂ ਕਟਾਲੇ ਸਕੂਲ ਲੱਗ ਗਿਆ, ਉੱਥੇ ਇੱਕ ਦੋ ਸਾਥੀ ਹੋਰ ਟੱਕਰ ਕੇ ਗਾਉਣ ਵਾਲੇ, ਉੱਥੇ ਆਪ ਲਿਖ ਕੇ ਗੀਤ ਗਾਉਂਦਾ ਵੀ ਹੁੰਦਾ ਸੀ ਮੈਂ। ਇਸੇ ਤਰ੍ਹਾਂ ਸ਼ੌਂਕ ਵੱਧਦਾ ਗਿਆ ਵੱਧਦਾ ਗਿਆ, ਜਿਹੜਾ ਇੱਥੇ ਤੱਕ ਲਾਇਆ। ਜਿਹੜਾ ਗੀਤ ਤੁਹਾਡੀ ਕਲਮ ਤੋਂ ਲਿਖਿਆ ਰਿਕਾਰਡ ਹੋਇਆ, ਪਹਿਲਾ ਰਿਕਾਰਡ ਗੀਤ ਕਿਹੜਾ ਸੀ ਉਹ ਦੱਸੋ? ਪਹਿਲਾ ਸਭ ਤੋਂ ਗੀਤ ਕਰਨੈਲ ਗਿੱਲ ਨੇ ਕਰਾਇਆ ਸੀ, ਲੱਡੂ ਆ ਕੇ ਤੁਰਦੀ ਬਣੀ ਜੀ, ਸੱਟ ਖੇਡਿਆ ਕੰਮਾਂ ਨੂੰ ਮਰਦਾ ਜੀ, ਉਹ ਪਹਿਲਾ ਗੀਤ ਸੀ ਮੇਰਾ, 1970 'ਚ ਰਿਕਾਰਡ ਹੋਇਆ ਸੀ, 71 'ਚ ਰਿਲੀਜ਼ ਹੋਇਆ ਸੀ, ਮਤਲਬ ਕਿ ਪਹਿਲੇ ਗੀਤ ਨਾਲ ਮੇਰਾ ਵਾਹਵਾ ਮਨਾਉਣ ਨੂੰ ਬਣ ਗਿਆ ਸੀ। ਵਾਹ, ਅੱਧੀ ਸਦੀ ਤੋਂ ਵੱਧ ਦਾ ਸਮਾਂ ਹੋ ਗਿਆ ਗੀਤ ਰਿਕਾਰਡ ਹੋਇਆ। ਹਾਂਜੀ ਹਾਂਜੀ, ਅੱਜ ਵੀ ਇਹ ਗੀਤ ਅਮਰ ਆ ਤਾਂ ਮੇਰਾ ਖਿਆਲ ਅਮਰ ਹੀ ਰਹਿਣਾ। ਹਾਂ, ਅਤੇ ਸਭ ਤੋਂ ਵੱਡੀ ਗੱਲ ਇਹ ਵੀ ਉਹ ਗੀਤ ਐਂ ਲੱਗਦਾ ਜਿਵੇਂ ਅੱਜ ਹੀ ਰਿਕਾਰਡ ਹੋਇਆ ਹੋਵੇ, 50 ਸਾਲ ਹੋ ਗਏ। ਅਤੇ ਉਸ ਤੋਂ ਬਾਅਦ ਸਦੀਕ ਸਾਹਿਬ ਦੀ ਆਵਾਜ਼ ਦੇ ਵਿੱਚ ਬੜੇ ਸੋਹਣੇ ਸੋਹਣੇ ਗੀਤ ਰਿਕਾਰਡ ਹੋਏ, ਛੇਤੀ ਛੇਤੀ ਹੋ ਜਾ ਗੱਭਰੂ, ਮੇਰੀ ਭੈਣ ਵੇ ਦਹੀਂ ਦੇ ਨਾਲ ਪਲਦੀ, ਬਿਲਕੁਲ, 16ਵੇਂ 'ਚ ਦਿਓਰ ਪੜ੍ਹਦਾ, ਜਿਹੜੇ ਇਹ ਸਦੀਕ ਸਾਹਿਬ ਨੇ ਗੀਤ ਰਿਕਾਰਡ ਕਰਵਾਏ ਰਣਜੀਤ ਕੌਰ ਜੀ ਨਾਲ। ਹਾਂਜੀ, ਅਤੇ ਸਦੀਕ ਸਾਹਿਬ ਨਾਲ ਕਿਵੇਂ ਮੇਲ ਹੋਇਆ ਅਤੇ ਕਿਵੇਂ ਤੁਸੀਂ ਉਹਨਾਂ ਨੂੰ ਕਿਹਾ ਵੀ ਮੇਰੇ ਗੀਤ ਜਾਂ ਉਹਨਾਂ ਨੇ ਕਿਹਾ? ਸਦੀਕ ਸਾਹਿਬ ਨਾਲ ਤਾਂ ਇੱਕ ਸਭ ਤੋਂ ਪਹਿਲਾਂ ਮੈਂ ਲੁਧਿਆਣੇ ਜਾਣ ਲੱਗਿਆ ਜੀ, ਦਿਦਾਰ ਸੰਧੂ ਜੀ ਕੋਲ ਜੀ, ਸਭ ਤੋਂ ਪਹਿਲਾਂ ਮਤਲਬ ਜਿਹੜਾ ਕਹਿ ਦੀਏ ਬ੍ਰੇਕ ਵਾਲੀ ਗੱਲ, ਉਹਨਾਂ ਕੋਲੋਂ ਮਿਲੀ ਹੈ। ਉਹ ਮੇਰੇ ਗੀਤ ਕਈ ਗਾਉਂਦੇ ਹੁੰਦੇ ਸੀ, ਮਿਰਜ਼ਾ ਸੰਗੋਵਾਲੀ ਆ, ਉਹਨੇ ਮੇਰਾ ਮੇਲ ਕਰਾਇਆ ਸੀ ਇਹਨਾਂ ਨਾਲ, ਦਿਦਾਰ ਸੰਧੂ ਜੀ ਨਾਲ। ਅੱਛਾ ਜੀ, ਉਹ ਤੋਂ ਬਾਅਦ ਮੈਂ ਉਹਨਾਂ ਦੇ ਬਹੁਤ ਜਾਣ ਲੱਗ ਗਿਆ, ਬਹੁਤ ਮੇਰਾ ਪਿਆਰ ਪੈ ਗਿਆ ਉਹਨਾਂ ਨਾਲ। ਅੱਛਾ, ਉਹਨਾਂ ਦੇ ਤਕਰੀਬਨ ਮੈਂ ਅਸਲ 'ਚ
ਉੱਥੇ ਦਾਖਲਾ ਲੈਣਾ ਸੀ ਲੁਧਿਆਣੇ ਆਰੀਆ ਕਾਲਜ 'ਚ ਲੈ ਲਿਆ ਜੀ। ਉੱਧਰ ਵੀ ਆਈ ਜਾਣਾ ਉੱਧਰ ਵੀ ਆਈ ਜਾਣਾ ਜੀ। ਚਲੋ ਉਹ ਤੋਂ ਬਾਅਦ ਮੈਂ ਜ਼ਿਆਦਾ ਇੱਧਰ ਨੂੰ ਹੋ ਗਿਆ, ਦਰਦਾਸ ਸੰਧੂ ਨਾਲ ਪ੍ਰੋਗਰਾਮ 'ਤੇ ਜਾਣ ਲੱਗ ਗਿਆ ਜੀ। ਕਰਦਾ ਭਾਵੇਂ ਲੁਧਿਆਣੇ ਪੜ੍ਹਦਾ ਜੀ, ਪਰ ਮੇਰਾ ਇੱਧਰ ਨੂੰ ਰੁਝਾਨ ਜ਼ਿਆਦਾ ਹੋ ਗਿਆ ਜੀ। ਉਹ ਤੋਂ ਬਾਅਦ ਦਰਦਾਰ ਸੰਧੂ ਦੇ ਘਰ ਹੀ ਕਰਨੈਲ ਗਿੱਲ ਗੀਤ ਲੈਣ ਆਇਆ ਸੀ। ਅੱਛਾ, ਦਰਦਾਰ ਸੰਧੂ ਦੇ। ਅੱਛਾ ਜੀ। ਜਿੱਥੇ ਉਹਨਾਂ ਨੇ ਇਹਨਾਂ ਨੇ ਕਿਹਾ, ਸੁਨੇਹਲਤਾ ਨੇ ਵੀ ਤੂੰ ਇਸ ਮੁੰਡੇ ਦਾ ਰਿਕਾਰਡ ਕਰਾ। ਅੱਛਾ ਜੀ। ਉਹ ਕਹਿੰਦਾ ਮੈਂ ਦਰਦਾਰ ਦੀ ਗੀਤ ਲੈਣ ਆਇਆ। ਉਹ ਕਹਿੰਦੀ ਪਹਿਲਾਂ ਤੂੰ ਇਹਦੇ ਕਰਾ ਗੀਤ ਤਾਂ ਦੇਖ ਲੈ ਕੇ ਜੀ। ਉਹਨੇ ਮੇਰੇ ਗੀਤ ਪੜ੍ਹੇ, ਕਹਿੰਦਾ ਗੀਤ ਵਧੀਆ ਨੇ ਜੀ। ਫਿਰ ਉਹ ਤੋਂ ਬਾਅਦ ਉਹ ਕਹਿੰਦਾ ਵੀ ਥੋੜ੍ਹਾ ਜਿਹਾ ਕੋ ਚੱਕਵਾਂ ਜਿਹਾ, ਉਹ ਟਾਈਮ ਇਹੋ ਜਿਹਾ ਸੀ ਸਾਰਾ, ਪਰਵਾਨੇ ਉਹਨਾਂ ਟਾਈਮ ਸੀ, ਕਹਿੰਦਾ ਥੋੜ੍ਹਾ ਜਿਹਾ ਖੁੱਲ੍ਹਾ ਜਿਹਾ ਹੋਵੇ ਗੀਤ। ਉਹ ਮੈਂ ਗੀਤ ਲੱਡੂ ਖਾ ਕੇ ਤੁਰਦੀ ਬਣੀ, ਸਾਡੀ ਭੈਣੀ ਸਭ ਰਿਸ਼ਤੇਦਾਰੀ ਸੀ ਜੀ। ਅਸੀਂ ਮੈਂ ਕਟਾਣੀ ਉੱਤਰ ਗਿਆ, ਕਟਾਣੀ ਉੱਤਰ ਕੇ ਮੈਂ ਤੁਰੇ ਜਾਂਦੇ ਨੇ ਉਹ ਗੀਤ ਲਿਖਤਾ, ਦੂਏ ਦਿਨ ਜਾ ਕੇ ਉਹਨੂੰ ਦੇਤਾ, ਔਰ ਤੀਜੇ ਚੌਥੇ ਦਿਨ ਉਹ ਗੀਤ ਰਿਕਾਰਡ ਹੋ ਗਿਆ। ਉਹ ਤੋਂ ਬਾਅਦ ਗੀਤ ਪਹਿਲੇ ਗੀਤ ਨਾਲੇ ਆਪਣਾ ਗੱਲ ਬਣ ਗਈ। ਵਾਹ, ਕੀ ਬਾਤ ਹੈ। ਅੱਛਾ, ਜਦੋਂ ਦਰਦਾਰ ਸੰਧੂ ਸਾਹਿਬ ਨਾਲ ਤੁਹਾਡਾ ਮੇਲ ਹੋਇਆ, ਹਾਂਜੀ, ਫਿਰ ਉਹਨਾਂ ਦੇ ਜ਼ਰੀਏ ਸਦੀਕ ਸਾਹਿਬ ਨਾਲ, ਉਹਨਾਂ ਦੇ ਜ਼ਰੀਏ, ਹਾਂਜੀ, ਉਹਨਾਂ ਨੂੰ ਮੈਂ ਕਹਿੰਦਾ ਰਹਿੰਦਾ ਸੀ ਮੈਨੂੰ ਸਦੀਕ ਸਾਹਿਬ ਨੂੰ ਮਿਲਾ ਦਿਉ। ਉਹ ਇਹਨਾਂ ਦੇ ਦਰਦਾਰ ਸੰਧੂ ਦੇ ਉਸਤਾਦ ਜੀ ਨੇ ਜੀ, ਉੱਥੇ ਨਾਲ ਹੀ ਹੁੰਦਾ ਸੀ, ਮੈਂ ਉਹਨਾਂ ਦੇ ਆਪ ਵੀ ਕਈ ਵਾਰ ਚਲੇ ਜਾਣਾ, ਨਵੇਂ ਅੱਡੇ ਸਾਹਮਣੇ ਘਰ ਹੁੰਦਾ ਸੀ ਉਹਨਾਂ ਦਾ ਜੀ, ਕੋਠੀ ਹੁੰਦੀ ਰਣਜੀਤ ਕੌਰ ਦੀ। ਅੱਛਾ ਜੀ। ਮਾਲ ਗ੍ਰਾਮ 'ਚ ਜੀ, ਉੱਥੇ ਚਲੇ ਜਾਣਾ, ਉੱਥੇ ਮੈਂ ਸਦੀਕ ਉਹਨਾਂ ਨੂੰ ਗੀਤ ਗੂਤ ਦਿਖਾਏ, ਉੱਥੇ ਬਾਬੂ ਸਿੰਘ ਮਾਨ ਮਿਲ ਪਿਆ ਪਿੰਡ ਤੇਰਾਂ। ਅੱਛਾ ਜੀ। ਉਹਨੂੰ ਮੈਂ ਚਾਹੁੰਦਾ ਹੀ ਸੀ ਕਿਉਂਕਿ ਮੈਂ ਉਹਦੇ ਗੀਤ ਬਹੁਤ ਸੁਣਦਾ ਹੁੰਦਾ ਸੀ, ਉਹਨੂੰ ਜਾਣੀ ਬਹੁਤ ਉਹਦੇ ਗੀਤਾਂ ਚੇਤਾ ਸੀ ਮੈਂ, ਮੈਨੂੰ ਉਹਦੇ ਨਾਲ ਉਹ ਆ ਕੇ ਉਹਨੇ ਵੀ ਮੇਰੀ ਕਾਪੀ ਕੂਪੀ ਦੇਖੀ ਜੀ, ਉਹ ਮੈਨੂੰ ਮਾਹੌਲ ਜਿਹਾ ਕਰਨ ਲੱਗ ਗਿਆ, ਕਹਿੰਦਾ ਯਾਰ ਤੇਰੇ ਲਿਖੇ ਉਹਨੇ, ਤੂੰ ਤਾਂ ਜਵਾਕ ਜਿਹਾ। ਉਹ ਛੋਟੀ ਉਮਰ ਸੀ ਉਸ ਟਾਈਮ ਮੇਰੀ 15-16 ਸਾਲ ਦੀ ਜੀ। ਮੈਂ ਕਿਹਾ ਜੀ ਮੇਰੇ ਹੀ ਲਿਖੇ ਉਹਨੇ, ਕਹਿੰਦਾ ਇਹ ਸਾਰੀ ਦਿਖਾਤਾ ਕਾਪੀ ਕੂਪੀ ਖੋਲ੍ਹ ਕੇ ਦੇਖੀ ਉਹਨੇ ਜੀ, ਉਹ ਕਹਿੰਦਾ ਵਾਕਿਆ ਵਧੀਆ ਨੇ। ਉਹ ਤੋਂ ਬਾਅਦ ਮੇਰੇ ਸਦੀਕ ਹੁਣੀ ਗੀਤ ਲੈਣ ਲੱਗ ਗਏ ਜੀ। ਹਾਂਜੀ। ਅੱਛਾ, ਸਦੀਕ ਸਾਹਿਬ ਅਤੇ ਰਣਜੀਤ ਕੌਰ ਨੇ ਜਿਹੜਾ ਪਹਿਲਾ ਗੀਤ ਰਿਕਾਰਡ ਕਰਾਇਆ, ਉਹ ਕੋਈ ਯਾਦ ਆ? ਪਹਿਲਾ ਗੀਤ ਮੇਰਾ ਉਹ ਗਾਉਂਦੇ ਹੁੰਦੇ ਸੀ ਐ ਬੀ ਉਗਾਰ ਕਾਨੇ ਤੇਰੇ ਹਾਣ ਦਾ ਮੁੰਡਾ ਜੀ, ਸਟੇਜਾਂ 'ਤੇ ਵੀ ਉਹ ਗਾਉਂਦੇ ਸੀ, ਪਰ ਉਹ ਰਿਕਾਰਡ ਵੀ ਕਰਾਇਆ ਸੀ, ਕਿਸੇ ਕਾਰਨ ਆ ਨਹੀਂ ਸਕਿਆ ਜੀ ਜੀ। ਉਹ ਤੋਂ ਬਾਅਦ ਫਿਰ ਉਹਨਾਂ ਕਰਾਇਆ, 14ਵੀਂ ਭੈਣ ਮੇਰੀ ਪੜ੍ਹਦੀ, 16ਵੀਂ ਦੇਰ ਪੜ੍ਹਦਾ, ਛੇਤੀ ਛੇਤੀ ਹੋ ਜਾ ਗੱਭਰੂ। ਇਹ ਤੋਂ ਬਾਅਦ ਤਾਂ ਕਈ ਉਹਨਾਂ ਨੇ ਮੁੰਡੀਆਂ ਦੇ ਸਿੰਗ ਫਸ ਗਏ, ਕੋਈ ਕਾਫੀ ਗੀਤ ਉਹਨਾਂ ਨੇ ਕਰਾਏ, ਖਤਰਾ ਹੋ ਗਿਆ ਸੁਣੀ ਨਾ ਛੱਡਿਆ ਕਰ ਵੀ, ਇਹੋ ਜਿਹਾ ਤਕਰੀਬਨ ਕਾਫੀ ਗੀਤ ਉਹਨਾਂ ਨੇ ਰਿਕਾਰਡ ਕਰਾਇਆ ਜੀ 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 ਬਿਲਕੁਲ। ਅਤੇ ਸਦੀਕ ਸਾਹਿਬ ਅਤੇ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਤਾਂ ਇਹ ਗੀਤ ਬਹੁਤ ਦਹਾਕੇ ਪਹਿਲਾਂ ਹੋ ਗਏ, ਤਕਰੀਬਨ 1980 ਤੋਂ ਪਹਿਲਾਂ ਦੀ ਗੱਲ ਹੋਣੀ ਹੈ। ਹਾਂਜੀ ਹਾਂਜੀ, ਤਕਰੀਬਨ। ਅਤੇ ਉਦੋਂ ਬਾਅਦ ਸਦੀਕ ਸਾਹਿਬ ਨਾਲ ਪਿਆਰ ਉਵੇਂ ਬਰਕਰਾਰ ਆ? ਉਵੇਂ ਆ ਜੀ। ਅੱਛਾ। ਹੁਣ ਤੱਕ ਵੀ ਉਹਨਾਂ ਨੇ ਜਿਹੜੀ ਐਂਡ ਵਾਲੀ ਕੈਸਟ ਕਰਾਈ ਆ, ਉਹਦੇ 'ਚ ਮੇਰੇ 6-7 ਗੀਤ ਸੀ, ਜੋ ਕਿ ਬੀਬਾ ਸੁਖਜੀਤ ਕੌਰ ਨਾਲ ਕਰਾਈ ਜੀ ਜੀ ਜੀ। ਉਹਦੇ ਵਿੱਚ ਵੀ ਮੇਰੇ ਗੀਤ ਸੀ ਗੜਵਾ, ਦੁੱਧ ਦਾ ਗੜਵਾ ਜੀ, ਉਹਦਾ ਨਾਮ ਸੀ, ਗੀਤ ਫਲਮਾਏ ਵੀ ਸੀ ਉਹਨਾਂ ਨੇ ਜੀ। ਹਾਂਜੀ। ਤੁਸੀਂ ਆਦਰਸ਼ ਦਾ ਬਾਬੂ ਸਿੰਘ ਮਾਨ ਜੀ ਨੂੰ ਮੰਨਦੇ ਹੋ? ਹਾਂਜੀ। ਅਤੇ ਦਰਦਾਰ ਸੰਧੂ ਸਾਹਿਬ ਦੇ ਨਾਲ ਫਿਰ ਸਟੇਜਾਂ 'ਤੇ ਜਾਂਦੇ ਰਹੇ? ਹੁਣ ਸ਼ੁਰੂ ਤੋਂ ਮੈਂ ਉਹ ਆਪ ਹੀ ਲਿਜਾਣ ਲੱਗ ਗਏ ਸੀ ਮੈਨੂੰ। ਅੱਛਾ ਜੀ। ਪਹਿਲੀ ਸਟੇਜ ਅਹਿਮਦਗੜ੍ਹ ਸੀ। ਅੱਛਾ। ਮੈਨੂੰ ਕਹਿੰਦਾ ਚੱਲ ਤੇਰੇ ਗੀਤ ਸੁਣਾਈਏ ਨਾਲੇ। ਅੱਛਾ। ਉੱਥੇ ਲਾਈ। ਕਿਹੜੇ ਸਣ ਦੀ ਗੱਲ? ਇਹ 69-70 ਦੀ ਆ। 69-70, ਯਾਨੀ 50-52 ਸਾਲ ਹੋ ਗਏ। ਹਾਂਜੀ ਜੀ। ਉਹ ਤੋਂ ਬਾਅਦ ਮੈਂ ਉਹਨਾਂ ਨੂੰ ਤਕਰੀਬਨ ਸਾਲ ਕੁ ਜਾਂਦਾ ਰਿਹਾ ਜੀ ਜੀ, ਸਟੇਜਾਂ ਸਟੂਜਾਂ 'ਤੇ, ਕਈ ਵਾਰੀ ਉੱਥੇ ਇਹਨਾਂ ਦੇ ਕੋਲ ਹੀ ਰਹਿ ਪੈਣਾ, ਜਦੋਂ ਸੁਨੇਹਲਤਾ ਦੇ ਘਰ ਰਹਿੰਦੇ ਹੁੰਦੇ ਸੀ। ਇਹ ਜਿਹੜੀ ਤੁਹਾਡੇ ਸਮੇਂ ਦੀ ਗੀਤਕਾਰੀ ਸੀ, ਹਾਂਜੀ, ਉਹਦੇ ਵਿੱਚ ਬੜੇ ਮੁਹਾਵਰੇ ਅਖਾਣਾ, ਬੜਾ ਕੁਛ ਜਿਹੜਾ ਪੇਂਡੂ ਕਲਚਰ ਸੀ ਆਪਣਾ, ਜੋ ਵੀ ਪਿੰਡਾਂ ਦੇ ਵਿੱਚ ਸੀ, ਕੋਈ ਖੂਹ ਸੱਥਾਂ ਸਭ ਕੁਛ ਦਾ ਜ਼ਿਕਰ ਹੁੰਦਾ ਸੀ। ਹਾਂਜੀ ਹਾਂਜੀ। ਹਲ ਪੰਜਾਲੀਆਂ ਦਾ ਜ਼ਿਕਰ ਹੁੰਦਾ ਸੀ ਬਿਲਕੁਲ, ਪਹਿਲੇ ਗੀਤਾਂ 'ਚ ਹੁੰਦਾ ਸੀ ਬਿਲਕੁਲ। ਹਾਂਜੀ, ਉਹ ਤੁਸੀਂ ਜ਼ਿਕਰ ਵੀ ਕਰਿਆ ਸੀ, ਜਦੋਂ ਮਰਜ਼ੀ ਫੜਾ ਦੀ ਮੁੰਨੀ ਹਲ ਦੀ। ਅਤੇ ਅੱਜ ਕੱਲ੍ਹ ਤਾਂ ਮੇਰੇ ਖਿਆਲ ਸਾਡੇ ਵਰਗੇ ਨੂੰ ਪਤਾ ਹੀ ਨਹੀਂ ਵੀ ਮੁੰਨੀ ਕਾਸ ਨੂੰ ਕਹਿੰਦੇ ਆ। ਅੱਜ ਕੱਲ੍ਹ ਤਾਂ ਇੱਕ ਨਾ ਜਿਹੜੇ ਮੁਹਾਵਰੇ ਚੱਲਦੇ ਸੀ, ਜੋ ਜ਼ਮਾਨਾ ਸੀ ਉਹਦੇ ਮੁਤਾਬਕ, ਹੁਣ ਤਾਂ ਕਿਸੇ ਨੇ ਹਲ ਵਾਹੁੰਦੇ ਨਹੀਂ ਦੇਖੇ ਹੋਣੇ, ਉਹ ਟਰੈਕਟਰ ਦੇਖਦੇ ਨੇ ਹੁਣ ਤਾਂ। ਬਿਲਕੁਲ ਬਿਲਕੁਲ, ਸਮੇਂ ਦੇ ਨਾਲ ਆ ਸਾਰਾ ਕੁਛ। ਭਾਵੇਂ ਕਿਸੇ ਨੂੰ ਪਤਾ ਲੱਗੇ ਚਾਹੇ ਨਾ ਲੱਗੇ ਵੀ ਕੀ ਸ਼ਬਦ ਆ ਇਹ, ਪਰ ਸੁਣਦੇ ਅੱਜ ਵੀ ਆ, ਨੌਜਵਾਨ ਵੀ ਸੁਣਦੇ ਉਹਨਾਂ ਗੀਤ। ਹਾਂਜੀ ਹਾਂਜੀ, ਚਾਹ ਕੇ ਸੁਣਦੇ, ਹੌਲੀ ਹੌਲੀ ਉਹ ਸੁਣ ਕੇ ਪਤਾ ਲੱਗ ਜਾਂਦਾ ਮਤਲਬ ਦਾ ਉਹਨਾਂ ਨੂੰ, ਹੌਲੀ 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 ਜਿਹੜੇ ਆਪਣੇ ਵਿਰਸਾ ਇਹਦਾ ਮੁੱਕਦਾ ਤਾਂ ਹੁੰਦਾ ਨਹੀਂ, ਹੌਲੀ 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 ਪਤਾ ਲੱਗ ਜਾਂਦਾ ਲੋਕਾਂ ਨੂੰ ਜੀ ਵੀ ਕੀ ਲਫ਼ਜ਼ ਨੇ, ਕੀ ਹੈਗੇ ਸਾਰਾ ਕੁਛ ਜੀ। ਬਿਲਕੁਲ। ਬੜੀਆਂ ਸੋਹਣੀਆਂ ਸੋਹਣੀਆਂ ਲਾਈਨਾਂ ਤੁਸੀਂ ਲਿਖੀਆਂ ਹੈ,
ਮੈਨੂੰ ਐਵੇਂ ਨਾ ਤੂੰ ਜਾਣੀ ਪੀਵਾਂ ਉੱਥੇ ਜਾ ਕੇ ਪਾਣੀ ਗਾਮੀ ਸੰਗਤ ਪੂਰੇ ਪਿੰਡ ਤੇਰੇ ਸੁੰਘਿਆ ਸੀ ਫੁੱਲ ਪਹਿਲੇ ਪਹਿਲੇ ਕੀ ਲਾਈਨ ਸੀ ਹਾਂਜੀ ਮੇਰੇ ਖਿਆਲ ਉਦੋਂ ਸਾਡੀ ਉਮਰ ਹੀ ਬੜੀ ਛੋਟੀ ਹੋਣੀ ਆ ਜਮਾਈ ਨਿਆਣਾ ਸੀ ਜਵਾਕ ਜਿਹਾ ਪਰ ਫਿਰ ਵੀ ਇੰਨੇ ਇੰਨੇ ਸੋਹਣੇ ਸ਼ਬਦ ਲਿਖਦੇ ਨੇ ਵੀ ਉਹ ਸਦਾ ਅਮਰ ਹੋ ਗਏ ਸਿਰ ਝੁੱਕ ਜਾਂਦਾ ਸੀ ਸਾਡਾ ਤੁਹਾਡੇ ਵਰਗੀਆਂ ਕਲਮ ਆ ਗਏ ਅਸਲ ਵਿੱਚ ਮੈਂ ਤਾਂ ਤੁਹਾਡੇ ਵਰਗੀਆਂ ਸ਼ਖਸੀਅਤਾਂ ਦੇ ਦਰਸ਼ਨ ਸਮਝਦਾ ਜੀ ਦਰਸ਼ਨ ਕਰਨ ਆਉਣੇ ਤੁਹਾਡੇ ਵਰਗਿਆਂ ਦੇ ਬਾਬੂ ਸਿੰਘ ਮਾਨ ਜੀ ਹੋ ਗਏ ਤੁਸੀਂ ਹੋ ਗਏ ਅਤੇ ਹੋਰ ਜਿੰਨੇ ਵੀ ਗੀਤਕਾਰ ਚਾਹੇ ਗਾਇਕ ਆ ਉਹ ਸਨਮਾਨਯੋਗ ਆ ਹਾਂਜੀ ਅਤੇ ਹੋਰ ਕੋਈ ਤੁਸੀਂ ਦਦਾਰ ਸੰਧੂ ਸਾਹਿਬ ਨਾਲ ਸਮਾਂ ਬਿਤਾਇਆ ਕੋਈ ਮਿੱਠੀ ਖੱਟੀ ਯਾਦ ਕੋਈ ਉਹਨਾਂ ਦੇ ਹਾਸੇ ਵਾਲੀ ਗੱਲ ਜਾਂ ਇਨਸਾਨੀ ਗੁਣ ਇਨਸਾਨ ਕਿਹੋ ਜਿਹੇ ਸੀ ਉਹ ਇਨਸਾਨ ਤਾਂ ਜੀ ਉਹਨਾਂ ਵਰਗਾ ਬਣਨਾ ਔਖਾ ਜੀ ਬਹੁਤ ਵਧੀਆ ਬੰਦੇ ਸੀ ਬਹੁਤ ਘੱਟ ਬੋਲਣ ਵਾਲੇ ਬੋਲਦੇ ਬਹੁਤ ਚੁੱਪ ਕਰਕੇ ਬੈਠੇ ਰਹਿੰਦੇ ਜਦ ਕੋਈ ਗੱਲ ਕਹਿਣੀ ਮਤਲਬ ਦੀ ਗੱਲ ਕਹਿਣੀ ਜੀ ਕਈ ਵਾਰੀ ਮਾਹੌਲ ਵੀ ਇੰਨਾ ਵਧੀਆ ਡੂੰਘਾ ਹੁੰਦਾ ਸੀ ਉਹਨਾਂ ਦਾ ਉਹ ਮਤਲਬ ਹੁੰਦਾ ਸੀ ਉਹਦਾ ਕੋਈ ਐਵੇਂ ਮਤਲਬ ਇਹ ਨਹੀਂ ਬੋਲ ਪੜਾਕੂ ਹੀ ਬੋਲੀ ਜਾਣਾ ਕਈ ਹੀ ਬੋਲਦੇ ਰਹਿੰਦੇ ਨੇ ਗਾਉਣ ਗੂਣ ਵਾਲੇ ਜ਼ਿਆਦਾ ਨਾ ਕੁਛ ਨਹੀਂ ਸੀ ਉਹਨਾਂ ਨੇ ਆਉਣਾ ਦਫ਼ਤਰ ਕਈ ਵਾਰੀ ਤਾਂ ਇੱਕਣ ਦਫ਼ਤਰ ਉਹ ਘਰੋਂ ਉਹਨਾਂ ਨੇ ਖਾਸਾ ਸਮਾਨ ਪਾ ਲੈਣਾ ਪਰੌਂਠੇ ਦਹੀਂ ਰੋਟੀਆਂ ਖੁੱਲ੍ਹੇ ਸੁਭਾਅ ਦੇ ਸੀ ਉੱਥੇ ਬੈਠ ਕੇ ਦਫ਼ਤਰਾਂ ਦੁਪਹਿਰੇ ਨੂੰ ਕਲਰਕ ਸ਼ਲਕ ਹੁੰਦੇ ਜਿਹੜੇ ਸਾਰੇ ਛਕਦੇ ਰਹਿਣਾ ਉਹਨਾਂ ਨੇ ਇੰਨਾ ਜਾਣੀ ਖੁੱਲ੍ਹੇ ਸੁਭਾਅ ਦੇ ਸੀ ਯਾਰ ਵਧੀਆ ਉਹੀ ਗੱਲ ਵਧੀਆ ਇਨਸਾਨ ਸੀ ਅਤੇ ਜਿਹੜੇ ਤੁਸੀਂ ਗੀਤ ਲਿਖੇ ਉਸ ਸਮੇਂ ਕਦੇ ਤੁਸੀਂ ਉਹਨਾਂ ਨਾਲ ਰਾਏ ਮਸ਼ਵਰਾ ਕੀਤਾ ਸੀ ਜਾਂ ਗੀਤ ਵਿਖਾਏ ਸੀ ਵੀ ਮੈਂ ਆਹ ਗੀਤ ਉਹਨਾਂ ਹਾਂਜੀ ਬਿਲਕੁਲ ਉਹਨਾਂ ਦੇ ਉਹ ਆਪ ਵੀ ਮੈਨੂੰ ਵਿਖਾ ਦਿੰਦੇ ਸੀ ਗੀਤ ਅੱਛਾ ਆਹ ਗੀਤ ਜਦ ਉਹਨਾਂ ਨੇ ਲਿਖਿਆ ਸੀ ਹਾਣੀਆਂ ਗਲੀ 'ਚ ਗੇੜਾ ਮਾਰ ਵੀ ਸੱਚੀ ਮੱਚੀ ਹੋ ਗਈ ਕੋਈ ਅੱਧਾ ਕੁ ਲਿਖ ਕੇ ਮੈਨੂੰ ਦਿਖਾਇਆ ਸੀ ਉਹਨਾਂ ਨੇ ਉਹਨਾਂ ਦਾ ਮੇਰਾ ਇੰਨਾ ਪਿਆਰ ਸੀ ਉਹਨਾਂ ਦਾ ਪਹਿਲਾ ਅਖਾੜਾ ਕਿਤਾਬ ਦਾ ਉਹ ਮੈਂ ਲਿਖਿਆ ਸੀ ਮੈਨੂੰ ਕਹਿੰਦੇ ਤੇਰੀ ਲਿਖਾਈ ਬਹੁਤ ਵਧੀਆ ਬਈ ਮੈਂ ਤੇ ਤੋਂ ਅਖਾੜਾ ਲਿਖਾਉਣਾ ਅੱਛਾ ਜੀ ਮੈਂ ਕਿਹਾ ਚੱਲ ਕੋਈ ਨਾ ਮੈਂ ਲਿਖ ਦੇਣਾ ਅੱਛਾ ਅੱਛਾ ਉਹ ਪਹਿਲਾ ਅਖਾੜਾ ਜਿਹੜਾ ਲਿਖਿਆ ਸੀ ਉਹ ਮੇਰਾ ਲਿਖਿਆ ਜੀ ਉਸ ਟਾਈਮ ਗੀਤਕਾਰਾਂ ਦੀਆਂ ਕਿਤਾਬਾਂ ਛਪਦੀਆਂ ਹੁੰਦੀਆਂ ਸੀ ਹਾਂਜੀ ਕਿਤਾਬਾਂ ਛਪਦੀਆਂ ਕਿਤਾਬ ਕਿਤਾਬਾਂ ਦੇ ਉਹ ਪੈਸੇ ਵੀ ਦਿੰਦੇ ਹੁੰਦੇ ਜੀ ਜੀ ਕਿਉਂਕਿ ਵਿਕਦੀਆਂ ਬਹੁਤ ਹੁੰਦੀਆਂ ਸੀ ਜੀ ਮੇਲਿਆਂ ਮੂਲਿਆਂ 'ਤੇ ਬਹੁਤ ਕਿਤਾਬਾਂ ਵਿਕਣੀਆਂ ਪਰ ਅੱਜ ਕੱਲ੍ਹ ਤਾਂ ਹੁਣ ਕਿਤਾਬਾਂ ਬਹੁਤ ਘੱਟ ਖਰੀਦਦੇ ਜਿਹੜੇ ਮਤਲਬ ਕਿ ਗੀਤ ਆ ਰਿਕਾਰਡ ਹੋ ਜਾਂਦੇ ਸੀ ਕਿਤਾਬਾਂ ਦੇ ਵਿੱਚ ਉਹੀ ਗੀਤ ਛਾਪੇ ਹੁੰਦੇ ਸੀ ਉਹੀ ਹੁੰਦੇ ਕੁਛ ਦੂਜੇ ਹੁੰਦੇ ਜੀ ਕੁਛ ਕਈ ਇਹ ਕਿ ਲਟੇਰੀ ਜਿਹੇ ਗੀਤ ਹੁੰਦੇ ਜਿਹੜੇ ਜਿਹੜੇ ਆਪਾਂ ਬੰਦਾ ਮਨ ਤੋਂ ਲਿਖਦਾ ਹਾਂਜੀ ਉਹ ਗੀਤ ਉਹ ਵੀ ਵਿੱਚ ਹੁੰਦੇ ਸੀ ਤੁਹਾਡੀਆਂ ਕਿੰਨੀਆਂ ਕਿਤਾਬਾਂ ਛਪੀਆਂ ਹੁਣ ਤੱਕ ਮੇਰੀਆਂ 5-6 ਕਿਤਾਬਾਂ ਛਪੀਆਂ ਜੀ ਅੱਛਾ ਜੀ ਮੇਰੇ 4 ਤਾਂ ਚਾਤਰ ਸਿੰਘ ਜੀਵਨ ਸਿੰਘ ਅੰਬਰਸਰੋਂ ਛਪੀਆਂ ਸੀ 2 ਕਿਤਾਬਾਂ ਇੱਥੇ ਲੋਕ ਗੀਤ ਪ੍ਰਕਾਸ਼ਨ ਵਾਲੇ ਇਹ ਸਰਹੰਦ ਹੁੰਦੇ ਜ਼ਿਆਦਾ ਅੱਛਾ ਜੀ ਇਹਨਾਂ ਨੇ ਹਾਂਜੀ 2 ਇਹਨਾਂ ਨੇ ਛਾਪੇ ਉਦੋਂ ਕਿਤਾਬਾਂ ਫਿਰ ਬਹੁਤ ਵਿਕਦੀਆਂ ਸੀ ਹਾਂ ਉਦੋਂ ਪੂਰੀਆਂ ਵਿਕਦੀਆਂ ਸੀ ਅੰਕਲ ਜੀ ਕਰਨੈਲ ਗਿੱਲ ਜੀ ਦੀ ਆਵਾਜ਼ ਦੇ ਵਿੱਚ ਸਾਰਿਆਂ ਨੇ ਉਹ ਗੀਤ ਸੁਣਿਆ ਲੱਡੂ ਖਾ ਕੇ ਤੁਰਦੀ ਬਣੀ ਹਾਂਜੀ ਜਾਂ ਸਦੀਕ ਸਾਹਿਬ ਨੇ ਜਿੰਨੇ ਵੀ ਰਣਜੀਤ ਕੌਰ ਜੀ ਨਾਲ ਗਾਣੇ ਅੱਛਾ ਜੀ ਇਹ ਸਾਰੇ ਅਮਰ ਗੀਤ ਅੱਜ ਵੀ ਚੱਲਦੇ ਆ ਅਤੇ ਇਹਨਾਂ ਤੋਂ ਇਲਾਵਾ 2 ਗਾਇਕਾਂ ਤੋਂ ਇਲਾਵਾ ਹੋਰ ਵੀ ਕਿਸੇ ਗਾਇਕ ਨੇ ਤੁਹਾਡੇ ਗੀਤ ਨੂੰ ਗਾਇਆ ਹਾਂ ਤਕਰੀਬਨ ਅੱਛਾ ਜੀ ਸੁਰਿੰਦਰ ਸ਼ਿੰਦੇ ਨੇ ਵਾਹ ਇਹਦੀ ਪਹਿਲੀ ਆਵਾਜ਼ 'ਚ ਮੇਰਾ ਗੀਤ ਰਿਕਾਰਡ ਹੋਇਆ ਸੀ ਜੀ ਪਹਿਲਾਂ ਹੀ ਉਹਦੀ ਆਵਾਜ਼ 'ਚ HMB ਕੰਪਨੀ 'ਚ ਅੱਛਾ ਜੀ ਹਾਂ ਉਹ ਤੋਂ ਬਾਅਦ ਕਰਤਾਰ ਰਮਲਾ ਜੀ ਸਰਦੂਰ ਸਿਕੰਦਰ ਜੀ ਮਨਜੀਤ ਰਾਹੀ ਹੋਰ ਸ਼ਾਇਦ ਬਹੁਤ ਸਾਰੇ ਨੇ ਸਾਰੀ ਚੋਟੀ ਦੇ ਗਾਇਕ ਆ ਤਕਰੀਬਨ ਹਾਂ ਇਹਨਾਂ ਤਕਰੀਬਨ ਜਿਹੜੇ ਵੀ ਗੀਤ ਗਾਏ ਨੇ ਉਹ ਗੀਤ ਹਿੱਟ ਵੀ ਹੋਏ ਨੇ ਅੱਜ ਕੱਲ੍ਹ ਨਾ ਕੁਝ ਨਵੇਂ ਗੀਤਕਾਰਾਂ ਦੀ ਅਸੀਂ ਇੰਟਰਵਿਊ ਜਦੋਂ ਸੁਣਦੇ ਹਾਂ ਹਾਂਜੀ ਅਤੇ ਉਹ ਕਹਿੰਦੇ ਆ ਬਈ ਅਸੀਂ ਤਾਂ ਲੱਖ ਲੱਖ ਰੁਪਈਆ ਲੈਂਦੇ ਗੀਤ ਦਾ ਅਤੇ ਜਿਹੜਾ ਤੁਹਾਡਾ ਸਮਾਂ ਸੀਗਾ ਉਦੋਂ ਤੁਸੀਂ ਕਿੰਨੇ ਕੁ ਰੁਪਈਏ ਲੈਂਦੇ ਹੁੰਦੇ ਸੀ ਨਾ ਗਾਇਕਾਂ ਤੋਂ ਸਾਨੂੰ ਤਾਂ ਕੋਈ ਪੈਸਾ ਦਿੰਦਾ ਨਹੀਂ ਦਿੰਦਾ ਸਾਨੂੰ ਤਾਂ ਇਹ ਆ ਕੰਪਨੀ ਰਾਇਲਟੀ ਜ਼ਰੂਰ ਦਿੰਦੀ ਰਹੀ ਆ ਅੱਛਾ ਕੰਪਨੀ ਕਹਿੰਦਾ ਰਾਇਲਟੀ ਦਿੰਦੀ ਹੁੰਦੀ ਸੀ ਪਹਿਲਾਂ ਸਾਨੂੰ ਦਿੰਦੇ ਹੁੰਦੇ ਸੀ ਘੱਟ ਰਾਇਲਟੀ ਜੀ ਉਹ ਥੋੜ੍ਹੇ ਜਿਹੇ ਗੀਤਕਾਰਾਂ ਨੂੰ ਜਿਹੜੇ ਦੇਵ ਹੋਇਆ ਮਾਨ ਦੀਦਾਰ ਸੰਧੂ ਇਹ 3-4 ਗੀਤਕਾਰ ਜਿਹੜੇ ਵਧੀਆ ਪੁਰਾਣੇ ਸੀ ਇਹਨਾਂ ਦੀ ਰਾਇਲਟੀ ਥੋੜ੍ਹੀ ਜਿਹੀ ਵੱਧ ਹੁੰਦੀ ਸਾਡੀ ਘੱਟ ਹੁੰਦੀ ਸੀ ਅੱਛਾ ਇਹ ਕਰਕੇ ਅਸੀਂ ਇੱਕ ਯੂਨੀਅਨ ਵੀ ਬਣਾਈ ਸੀ ਅੱਛਾ ਜੀ ਲੁਧਿਆਣੇ ਜੀ ਜਦ ਵਕੀਲਾਂ ਦਾ ਦਫ਼ਤਰ ਖੋਲ੍ਹਿਆ ਹੀ ਸੀ ਅੱਛਾ ਇਹਦੇ ਦਫ਼ਤਰ ਦੀ ਗੱਲ ਆ ਉੱਥੇ ਮੀਟਿੰਗ ਹੋਈ ਸਾਰੇ ਨਵੇਂ ਨਵੇਂ ਮੇਰੇ ਵਰਗੇ ਗੀਤਕਾਰ ਸੀ ਜਿਹੜੇ 2 ਕੁ ਨੰਬਰ ਵਾਲੇ ਮਤਲਬ ਜੀ ਉਹ ਇਕੱਠੇ ਹੋਏ ਸੀ ਸਾਰੇ ਜੀ ਉੱਥੇ ਮੀਟਿੰਗ ਹੋਈ ਵੀ ਆਪਾਂ ਸਾਰੇ ਜਾ ਕੇ ਦਿੱਲੀ ਉਹਨਾਂ ਨੂੰ ਕਹਿਣਾ HMB ਕੰਪਨੀ HMB ਕੰਪਨੀ ਨੂੰ ਵੀ ਸਾਡੀ ਰਾਇਲਟੀ ਵੀ ਉਹਨਾਂ ਜਿੰਨੀ ਕਰੋ ਜੀ ਉਹ ਮੀਟਿੰਗ 'ਚ ਹੋ ਗਿਆ ਵੀ ਪ੍ਰਧਾਨ ਕੌਣ ਬਣੂ ਫਲਾਣਾ ਕੌਣ ਬਣੂ ਉਹ ਫਿਰ ਅਸੀਂ ਕਿਹਾ ਵੀ ਚੱਲ ਸੰਦੀਲੇ ਨੂੰ ਬੁਲਾ ਦਿੰਦੇ ਇਹਦਾ ਪਿੰਡ ਨੇੜੇ ਆ ਨਾਲੇ ਪੜ੍ਹਿਆ ਲਿਖਿਆ ਬੰਦਾ ਉਹ ਪਰ ਸੰਦੀਲਾ ਕਹਿੰਦਾ ਨਹੀਂ ਗਾ ਵੀ ਤੂੰ ਬਣ ਯਾਰ ਤੂੰ ਤੇਰੇ ਗੀਤ ਵਧੀਆ ਨੇ ਫਲਾਣਾ ਇਸੇ ਤਰ੍ਹਾਂ ਆਪਸ ਵਿੱਚ
ਹੋ ਗਿਆ ਉਹ ਸਾਰੇ ਗੀਤਕਾਰਾਂ ਦੇ ਟਾਸ ਪਾ ਲਓ ਉਹ ਟਾਸ 'ਚ ਮੇਰਾ ਨਾਮ ਨਿਕਲਿਆ ਅੱਛਾ ਉਹਦੇ 'ਚ ਫਿਰ ਮੈਂ ਪ੍ਰਧਾਨ ਬਣਾਇਆ ਮੈਨੂੰ ਸੰਗੀਲ ਨੂੰ ਵਾਈਸ ਪ੍ਰਧਾਨ ਚਮਕੀਲਾ ਖਜ਼ਾਨਚ ਹੀ ਹੁੰਦਾ ਸੀ ਅੱਛਾ ਕਿਉਂਕਿ ਉਹਦਾ ਦਫ਼ਤਰ ਸੀ ਸਾਰਾ ਉੱਥੇ ਅਰੇਂਜਮੈਂਟ ਹੋਇਆ ਸੀ ਜੀ ਉਹ ਤੋਂ ਬਾਅਦ ਚਲੋ ਮੈਂ ਦਿੱਲੀ ਜਾਂਦਾ ਜੂੰਦਾ ਰਿਹਾ ਹਾਂਜੀ ਜਾ ਕੇ ਉਹ ਜਹੀਰ ਨਾਲ ਗੱਲਾਂ ਉੱਲਾਂ ਕਰਦਾ ਰਿਹਾ ਉਹ ਕਹਿੰਦੇ ਵੀ ਅਸੀਂ ਰਾਇਲਟੀ ਵੱਧ ਉਹਨੂੰ ਲਾਉਂਦੇ ਹਾਂ ਜੀ ਤਾਂ ਪਤਾ ਨਹੀਂ 5,000 ਜ਼ਿਆਦਾ ਰਿਕਾਰਡ ਵਿਕ ਜੇ ਅੱਛਾ ਜੀ ਮੈਂ ਕਿਹਾ ਮੇਰੇ ਵਾਲਾ ਕਿੰਨਾ ਵਿਕਿਆ ਸੀ ਲੱਡੂ ਵਾਲੇ ਤੁਰ ਗਏ ਕਹਿੰਦੇ ਉਹ ਤਾਂ ਬਹੁਤ ਵਿਕ ਗਿਆ ਤਾ ਉਹ ਫਿਰ ਮੈਂ ਕਿਹਾ ਮੈਨੂੰ ਕਹਿੰਦੇ ਆਪ ਕੀ ਕਰ ਦਿੱਤੇ ਆ ਕੇਲੇ ਕੀ ਮੈਂ ਕਿਹਾ ਵੀ ਕੇਲੇ ਦੀ ਹੁਣ ਤਾਂ ਯੂਨੀਅਨ ਬਣ ਗਈ ਸਾਰਿਆਂ ਦੀ ਕਰੋ ਜਿਹੜੇ ਹੈਗੇ ਉਹ ਵੀ ਵਧੀਆ ਗੀਤਕਾਰ ਸੀ ਸਾਰੇ ਗੁਰਮ ਗਿੱਲ ਤਕਰੀਬਨ ਸੰਦੀਲਾ ਪਾਲੀ ਭਿੰਦਰ ਡੱਬ ਵਾਲੀ ਆ ਇਹ ਸਾਰੇ ਬਹੁਤ ਸਾਰੇ ਗੀਤਕਾਰ ਸੀ ਉਹ ਟਾਈਮ ਦੇ ਮੈਂ ਕਿਹਾ ਵੀ ਜਦ ਸਾਰਿਆਂ ਦਾ ਉਹਨਾਂ ਦੇ ਜਿਨ੍ਹਾਂ ਦੇ ਦੋ ਦੋ ਚਾਰ ਚਾਰ ਗੀਤ ਹੋਏ ਨੇ ਸਾਰਿਆਂ ਦੀ ਰਾਇਲਟੀ ਵੱਧ ਕਰੋ ਜੀ ਉਹ ਜਦ ਤੋਂ ਬਾਅਦ ਦੁਬਾਰਾ ਗਿਆ ਮੰਨ ਗਿਆ ਸੀ ਉਹ ਅੱਛਾ ਉਹ ਫਿਰ ਉਹ ਤੋਂ ਬਾਅਦ ਜਹੀਰ ਅਹਿਮ ਦੀ ਬਦਲੀ ਹੋ ਗਈ ਨਜ਼ਰ ਹੁੰਦਾ ਸੀ ਪਹਿਲਾਂ ਉਹ ਤੋਂ ਬਾਅਦ ਫਿਰ ਉੱਥੇ ਰਹੀ ਗੱਲ ਜਿੰਨੇ ਕੁ ਪੈਸੇ ਉੱਥੋਂ ਮਿਲਦੇ ਸੀ ਫਿਰ ਤੁਹਾਨੂੰ ਅਤੇ ਉਹਦੇ ਨਾਲ ਗੁਜ਼ਾਰਾ ਵਧੀਆ ਹੋ ਜਾਂਦਾ ਸੀ ਨਹੀਂ ਗੁਜ਼ਾਰਾ ਗਜ਼ੂਰਾ ਤਾਂ ਕੀ ਹੋਣਾ ਇਕੱਠੇ 6 ਮਹੀਨੇ ਬਾਅਦ ਭੇਜਦੇ ਸੀ ਅੱਛਾ ਅੱਛਾ 6 ਮਹੀਨੇ ਬਾਅਦ ਕਦੇ 3,000 6,000 5,000 10,000 ਇੱਥੇ ਤੱਕ ਆ ਜਾਂਦੇ ਸੀ ਹਾਂਜੀ ਹਾਂ ਤੁਸੀਂ ਚਮਕੀਲੇ ਦਾ ਜ਼ਿਕਰ ਕਰਿਆ ਸੰਦੀਲੇ ਦਾ ਵੀ ਸਾਰਾ ਸਾਡੀ ਯੂਨੀਅਨ ਸੀ ਹਾਂਜੀ ਅਤੇ ਚਮਕੀਲੇ ਨਾਲ ਕੋਈ ਯਾਦਾਂ ਕਿੰਨਾ ਕੁ ਮਿਲਦੇ ਗਿਲਦੇ ਰਹੇ ਉਹਦੇ ਨਾਲ ਚਮਕੀਲੇ ਨਾਲ ਇੱਕਣ ਸੀ ਉਹ ਬੰਦਾ ਉਹ ਵੀ ਵਧੀਆ ਸੀ ਆਪਾਂ ਨੂੰ ਤਾਂ ਜੀ ਵੀਰੇ ਵੀਰੇ ਕਹਿ ਕੇ ਵਧੀਆ ਮਿਲਦਾ ਸੀ ਮੈਂ ਤਾਂ ਇੱਕਣ ਸੀ ਉਹਦਾ ਕਈ ਨਾ 2-4 ਵਾਰੀ ਦੇਖਿਆ ਜੀ ਜਾਂ ਤਾਂ ਦਫ਼ਤਰ ਬੈਠੇ ਹੁੰਦੇ ਸੀ ਉਹਦੇ ਜਾਂ ਫਿਰ ਇੱਕ ਪ੍ਰੋਗਰਾਮ 'ਤੇ ਮੈਂ ਉਹਨੂੰ ਕਰਿਆ ਰਮੇਸ਼ਪੁਰੇ ਪ੍ਰੋਗਰਾਮ ਸੀ ਕਮਾਣੋ ਕੋਲ ਜੀ ਉਹਨੂੰ ਮੈਂ ਮੇਰੇ ਕੋਲ ਆਏ ਬੰਦੇ ਵਾਕਫ ਦੀ ਮੇਰੇ ਉਹਨਾਂ ਰਿਸ਼ਤੇਦਾਰੀ 'ਚ ਸੀਗਾ ਪ੍ਰੋਗਰਾਮ ਜੀ ਉਹ ਕਹਿੰਦੇ ਵੀ ਐਂ ਕਰਕੇ ਵੀ ਉਹ ਪਤਾ ਨਹੀਂ ਕਿੰਨੇ 1,000 ਰੁਪਏ ਜੇ ਮੰਗਦਾ ਮੇਰੇ ਯਾਦ ਵੀ ਨਹੀਂ ਰਕਮ ਵੀ ਉਹ ਆਪਾਂ ਥੋੜ੍ਹਾ ਜਿਹਾ ਘੱਟ ਕਰਨਾ ਅੱਛਾ ਜੀ 1,000-2,000 ਤੇਰੇ ਕਹਿਤੇ ਕਰ ਲੂ ਜੀ ਮੈਂ ਕਿਹਾ ਵੀ ਚੱਲ ਐਂ ਕਰੋ ਤੁਸੀਂ ਕਰਿਆ ਉਹ ਜੀ ਵੀ ਕਰਕੇ ਵਿਆਹ 'ਚ ਵੀ ਮੈਂ ਵੀ ਹੋਣਾ ਉੱਥੇ ਜੀ ਵੀ ਆਪਾਂ ਉੱਥੇ ਹੀ ਦੇ ਦਾਂਗੇ ਪੈਸੇ ਉਹਨੂੰ ਹਾਂਜੀ ਮੈਂ ਉਹਨੂੰ ਆ ਕੇ ਚਲੋ ਪ੍ਰੋਗਰਾਮ ਵਗੈਰਾ ਲੱਗਿਆ ਪਹਿਲਾਂ ਤਾਂ ਪੈਸੇ ਮੰਗੇ ਨੇ ਵੈਸੇ ਕਲਾਕਾਰ ਪਹਿਲਾਂ ਪੈਸੇ ਲੈ ਲੈਂਦੇ ਆ ਜੀ ਉਹ ਤੋਂ ਬਾਅਦ ਉਹਨੂੰ ਸੱਦਿਆ ਸੀ ਜੀ ਅਸੀਂ ਕਿਹਾ ਵੀ ਇੱਕਣ ਕਰਕੇ ਆ ਹੁਣ ਮੈਂ ਕਿਹਾ ਮੇਰੇ ਲਿਹਾਜ਼ ਵਾਲੇ ਨੇ ਵੀ ਤੂੰ ਦੱਸ ਕਿੰਨੇ ਪੈਸੇ ਦੇਈਏ ਜੀ ਜਾਣੀ ਜਿੰਨੇ 'ਚ ਮੇਰੇ ਖਿਆਲ 13,000 ਹੀ ਕੀਤਾ ਸੀ ਉਹ ਟਾਈਮ ਦੀ ਗੱਲ ਅੱਛਾ ਜੀ ਉਹ ਕਹਿੰਦਾ ਵੀ ਐਂ ਕਰੋ ਉਹਨਾਂ ਨੂੰ ਕਹਿੰਦਾ ਬਈ ਇਹਨੂੰ ਪੈਸੇ ਫੜਾ ਦਿਓ ਸਾਰੇ ਵੀ ਜਿਹੜੇ ਮੈਨੂੰ ਦੇਣੇ ਦੇ ਦੇਵੇ ਬਾਕੀ ਤੁਹਾਨੂੰ ਦੇ ਦੂਗਾ ਉਹ ਜਾਣੀ ਇੰਨਾ ਕੁ ਆਪਣੇ ਨਾਲ ਵਧੀਆ ਪਿਆਰ ਸੀ ਉਹਦਾ ਉਹ ਟਾਈਮ ਹਾਂ ਫਿਰ ਮੈਂ 2,000 ਘੱਟ ਕਰਤਾ ਸੀ ਉਹਦਾ ਵਧੀਆ ਸੀ ਫਿਰ ਮੈਨੂੰ ਮਿਲਦਾ ਰਿਹਾ ਆਮ ਵਧੀਆ ਘਰ ਦੀ ਗੱਲ ਵੀ ਮੈਂ ਉਹਦੇ ਨਾਲ ਕਰਦਾ ਰਿਹਾ ਵੀ ਤੂੰ ਕਿਵੇਂ ਮਤਲਬ ਘਰ ਮੈਨੂੰ ਇਹ ਵੀ ਦੱਸਿਆ ਉਹਨੇ ਵੀ ਮੈਂ ਪਿਛਲੇ ਘਰਦਿਆਂ ਨੂੰ ਉੱਥੇ ਕੋਠੀ ਪਾਈ ਹੈ ਬਾਈ ਤੂੰ ਚਾਹੇ ਦੇਖ ਕੇ ਆਈ ਨਾਲ ਜਾ ਕੇ ਕੋਈ ਗੱਲ ਨਹੀਂ ਜਦੋਂ ਕੋਠੀ ਪਾਤੀ ਸੀ ਉਹਨੇ ਹਫ਼ਤਾ ਕੁ ਪਹਿਲਾਂ ਫਿਰ ਮੈਨੂੰ ਮਿਲਿਆ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਸਮਝਲੇ ਸਮਾਂ ਸਾਲਾ ਵਧੀਆ ਨਹੀਂ ਵੀ ਤੂੰ ਹੁਣ ਤੂੰ ਇੰਨਾ ਤੇਰਾ ਨਾਂ ਬਣ ਗਿਆ ਤੂੰ ਇਕੱਲੇ ਧਾਰਮਿਕ ਗੀਤ ਗਾਈ ਜਿਵੇਂ ਕਹਿੰਦਾ ਜੀ ਤਾਂ ਵੀ ਤੇਰਾ ਕੰਮ ਚੱਲੀ ਜਾਊ ਬਿਲਕੁਲ ਕਹਿੰਦਾ ਬਾਈ ਜੀ ਹੁਣ ਮੇਰੇ ਗੀਤ ਧਾਰਮਿਕ ਵਰਗੇ ਨੇ ਸਾਰੇ ਵੀ ਆਪਾਂ ਠੀਕ ਹੈ ਜੀ 2-4 ਜਿਹੀਆਂ ਗੱਲਾਂ ਗੁੱਲਾਂ ਹੋਈਆਂ ਉਹ ਤੋਂ ਬਾਅਦ ਹਫ਼ਤੇ ਕੁ ਬਾਅਦ ਫਿਰ ਜੀ ਹਾਂ ਕੰਮ ਹੋ ਗਿਆ ਤੇਰੇ ਨਾਲ ਜੀ ਅੰਕਲ ਜੀ ਕੁਝ ਕੁ ਸਾਲ ਪਹਿਲਾਂ ਅਸੀਂ ਤੁਹਾਨੂੰ ਬੀਬਾ ਰਣਜੀਤ ਕੌਰ ਜੀ ਨਾਲ ਗਾਉਂਦੇ ਵੇਖਦੇ ਹੁੰਦੇ ਸੀ ਹਾਂਜੀ ਹਾਂਜੀ ਅਤੇ ਉਹਨਾਂ ਨਾਲ ਤਾਂ ਤੁਸੀਂ ਗਾਉਣ ਬਾਅਦ 'ਚ ਲੱਗੇ ਉਦੋਂ ਪਹਿਲਾਂ ਵੀ ਕੋਈ ਗੀਤ ਆਪ ਵੀ ਰਿਕਾਰਡ ਕਰਵਾਇਆ ਤੁਸੀਂ ਆਪਦੀ ਆਵਾਜ਼ ਦੇ ਵਿੱਚ ਹਾਂਜੀ ਮੈਂ ਕਈਆਂ ਕੁੜੀਆਂ ਨਾਲ ਕਰਾਇਆ ਅੱਛਾ ਜੀ ਆਪਦੀ ਆਵਾਜ਼ 'ਚ ਮੈਂ ਸਭ ਤੋਂ ਪਹਿਲਾਂ ਰਾਹੀ ਨਾਲ ਗਾਉਂਦੇ ਦਲਜੀਤ ਕੌਰ ਜੀ ਸਭ ਤੋਂ ਪਹਿਲਾਂ ਇਹਦੇ ਨਾਲ ਰਿਕਾਰਡਿੰਗ ਕਰਾਈ ਸੀ ਉਹ ਤਕਰੀਬਨ ਕਿੰਨੇ ਕੁ ਸਾਲ ਪਹਿਲਾਂ ਦੀ ਗੱਲ ਆ ਸਾਨੂੰ ਤਾਂ ਮੇਰੇ ਯਾਦ ਨਹੀਂ ਯਾਰ ਅੱਛਾ ਜੀ ਤਕਰੀਬਨ ਇਹਦੇ ਨਾਲ ਇਹ ਤੋਂ ਉਹ ਤੋਂ ਪਹਿਲਾਂ ਅਨੀਤਾ ਸਮਾਣਾ ਨਾਲ ਕਰਾਈ ਸੀ ਜੀ ਸਭ ਤੋਂ ਪਹਿਲਾਂ ਉਹਦੀ ਰਿਕਾਰਡਿੰਗ ਮੈਂ ਕਰਾਈ ਜੀ ਹਾਂ ਫਿਰ ਜੱਸੀ ਜ਼ਵੀਰ ਜੱਸੀ ਉਹਦੀ ਰਿਕਾਰਡਿੰਗ ਮੈਂ ਕਰਾਈ ਕਿਉਂਕਿ ਮੈਨੂੰ ਮਾਣ ਹੁੰਦਾ ਤੂੰ ਕੰਪਨੀ ਵਾਲੇ ਜਾਣਦੇ ਸੀ ਊਜਾ ਸਾਹਿਬ ਜਾਣਦੇ ਸੀ ਇੰਨੇ ਨਿੱਕੋ ਵਾਲਾ ਪਰਮਾਰ ਜਿਹੜਾ ਉਹ ਵੀ ਦੋਸਤ ਸੀ ਮੇਰਾ ਉਹ ਮੈਂ ਅਨੀਤਾ ਨੂੰ ਬਿਨਾਂ ਸੁਣਾਈ ਲੈ ਗਿਆ ਸੀ ਉੱਥੇ ਜਾ ਕੇ ਉਹ ਮੈਨੂੰ ਕਿਸੇ ਕੁੜੀ ਤਾਂ ਸੁਣਾ ਦੇ ਉਹ ਮੈਂ ਕਿਹਾ ਤੁਸੀਂ ਰਿਕਾਰਡਿੰਗ ਦੀ ਡੇਟ ਸੁਣਾਓ ਅਤੇ ਸਟੂਡੀਓ ਬੁੱਕ ਕਰਾਓ ਵੀ ਆਪਾਂ ਵਧੀਆ ਆਵਾਜ਼ ਆ ਇਸ ਤਰ੍ਹਾਂ ਜਾਣੀ ਉਹਨਾਂ ਨੂੰ ਯਕੀਨ ਸੀ ਮੇਰੇ ਥੋੜ੍ਹਾ ਜਿਹਾ ਹੈ ਕਰਕੇ ਮੈਂ ਕਈ ਕੁੜੀਆਂ ਨੂੰ ਉੱਥੇ ਲੈ ਕੇ ਗਿਆ ਜੀ
ਉਹਨਾਂ ਰਿਕਾਰਡਿੰਗ ਵੀ ਕਰਾਈ ਜਿਹੜਾ ਤੁਸੀਂ ਬਾਅਦ ਚ ਬੀਬਾ ਰਣਜੀਤ ਕੌਰ ਜੀ ਨੇ ਸੈੱਟ ਬਣਾਇਆ ਸੀਗਾ ਥੋੜੇ ਸਾਲ ਹੀ ਹੋਏ ਤਾਂ ਮੇਰੇ ਖਿਆਲ 5-7 ਸਾਲ ਪਹਿਲੇ ਹਾਂ ਜੀ ਥੋੜਾ ਜਦ ਤੋਂ ਉਹਨਾਂ ਦੀ ਆਵਾਜ਼ ਖਰਾਬ ਹੋ ਗਈ ਸੀ ਹਨਾ ਜੀ ਉਹ ਤੇ ਬਾਅਦ ਉਹਨਾਂ ਨੂੰ ਮੈਂ ਪ੍ਰੋਗਰਾਮ ਜੇ ਕਿ ਇੱਥੇ ਮੈਂ ਮੇਲੇ ਕਰਾਉਂਦਾ ਹੁੰਦਾ ਜੀ ਮੇਰੇ ਕੋਲ ਪ੍ਰੋਗਰਾਮ ਸੀ ਧੂਮ ਧੜੱਕਾ ਜਲੰਧਰੋਂ ਲਿਆ ਹੋਇਆ ਹਾਂਜੀ ਉਹ ਗੀਤ ਫਿਲਮਾਉਂਦਾ ਹੁੰਦਾ ਸੀ ਜੀ ਉਹਦੇ ਕਰਕੇ ਮੈਂ ਉਹਨੂੰ ਵੀ ਸੱਦ ਲਿਆ ਉੱਥੇ ਸੱਦੇ ਸਨਮਾਨ ਖਾਤਰ ਵੀ ਤੇਰਾ ਸਨਮਾਨ ਕਰਨਾ ਜੀ ਚਲੋ ਪੁਰਾਣੀ ਗਾਇਕ ਆ ਬਹੁਤ ਵਧੀਆ ਗਾਇਕ ਆ ਉਹਦਾ ਸਨਮਾਨ ਕਰਦੇ ਗਾਉਂਦੇ ਉੱਥੇ ਇੱਕ ਦੋ ਗੀਤ ਉਹਨੇ ਮੇਰੇ ਨਾਲ ਗਾਏ ਸਟੇਜ 'ਤੇ ਜੀ ਲੋਕਾਂ ਨੇ ਬਹੁਤ ਪਸੰਦ ਕੀਤੇ ਉਹਦੇ ਬਾਅਦ ਉਹ ਮੈਨੂੰ ਕਹਿੰਦੀ ਵੀ ਤੂੰ ਵੀ ਮੇਰੇ ਨਾਲ ਪ੍ਰੋਗਰਾਮ ਹੀ ਕਰਨ ਲੱਗ ਜਾ ਜੀ ਮੈਂ ਪ੍ਰੋਗਰਾਮ ਕਰੇ ਵੀ ਨਹੀਂ ਉਹਦੇ ਨਾਲ ਨਹੀਂ ਫਿਰ ਉਦੋਂ ਪ੍ਰੋਗਰਾਮ ਕਾਫੀ ਮਿਲਣ ਲੱਗ ਗਏ ਸੀ ਤੁਹਾਨੂੰ ਹਾਂ ਪ੍ਰੋਗਰਾਮ ਕਾਫੀ ਕਰੇ ਨੇ ਪ੍ਰੋਗਰਾਮ ਉਹਦੇ ਨਾਲ ਮਤਲਬ ਕਿ ਨਾਂ ਦੋਵਾਂ ਦਾ ਹੀ ਸੀਗਾ ਬੀਬਾ ਰਣਜੀਤ ਲੋਕਾਂ ਨੇ ਪ੍ਰੋਗਰਾਮ ਮੇਲੇ ਮੂਲੇ ਜੇ ਕਾਫੀ ਲਾਏ ਨੇ ਜੀ 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 ਅਤੇ ਅੰਕਲ ਜੀ ਤੁਸੀਂ ਮਤਲਬ ਕਿ ਐਕਟਿਵ ਤਾਂ ਰਹਿੰਦੇ ਹੀ ਹੋ ਕਈ ਤਾਂ ਪੁਰਾਣੇ ਗੀਤਕਾਰ ਜਾਂ ਗਾਇਕ ਇਸ ਟਾਈਮ ਸ਼ਾਂਤ ਆ ਵੀ ਉਹਨਾਂ ਦਾ ਪਤਾ ਹੀ ਨਹੀਂ ਕਈ ਦਹਾਕਿਆਂ ਤੋਂ ਵੀ ਕਿੱਥੇ ਆ ਕਿੱਥੇ ਨਹੀਂ ਜਿਵੇਂ ਤੁਸੀਂ ਬੀਬਾ ਰਣਜੀਤ ਕੌਰ ਜੀ ਨਾਲ ਵੀ ਗਾਉਂਦੇ ਰਹੇ ਪਿਛਲੇ ਸਾਲੀ ਪ੍ਰੋਗਰਾਮ ਵੀ ਤੁਹਾਡੇ ਆਉਂਦੇ ਰਹੇ ਹੁਣ ਮਤਲਬ ਕਿ ਕੀ ਚੱਲ ਰਿਹਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਲੈਨ ਗਾ ਤੁਹਾਡੀ ਗੀਤ ਹੀ ਨਵੇਂ ਲਿਖਣੇ ਆ ਕਿਸੇ ਹੋਰ ਗਾਇਕ ਨੂੰ ਦੇਣੇ ਆ ਜਾਂ ਕੀ ਆ ਉਹ ਦੱਸੋ ਨਹੀਂ ਦੋਸਤੋ ਗੀਤ ਵੀ ਮੈਂ ਲਿਖਦਾ ਜੀ ਗੀਤ ਮੈਂ ਹੁਣ ਜਿੰਨਿਆਂ 'ਚ ਰਹਾ ਕਰੋਨਾ ਟਾਈਮ ਚੱਲਦਾ ਰਿਹਾ ਜੀ ਕੁਛ ਮੈਂ ਪਹਿਲਾਂ ਵੀ ਥੋੜ੍ਹੇ ਜਿਹੇ ਗੀਤ ਘੱਟ ਕਰਦੇ ਸੀ ਕਿਉਂ ਗੀਤ ਆਉਣ ਲੱਗੇ ਹੋਰ ਇਸ ਤਰ੍ਹਾਂ ਦੇ ਜੀ ਜਿਹੜੇ ਮੈਨੂੰ ਤਾਂ ਪਸੰਦ ਨੇ ਬਿਨਾਂ ਸਿਰ ਪੈਰ ਤੋਂ ਤੁਸੀਂ ਕੋਈ ਜਿਹਨਾਂ ਦਾ ਕੋਈ ਨਾਂ ਥੋ ਸਿਰਾ ਮਧੂਕਾਂ ਫਲਾਣਾ ਇਹ ਹੈ ਬੋਆ ਉਹੋ ਜਿਹੇ ਗੀਤਾਂ ਤੋਂ ਆਪਾਂ ਥੋੜ੍ਹਾ ਜਿਹਾ ਜੀ ਕਿਉਂਕਿ ਉਮਰ ਕਰਕੇ ਲਾ ਲਾ ਜੋ ਮਰਜ਼ੀ ਕਰਕੇ ਲਾ ਲਾ ਕੋਈ ਉਹ ਮੈਨੂੰ ਪਸੰਦ ਹੀ ਨਹੀਂ ਅਜੇ ਗੀਤ ਤੁਹਾਡੇ ਗੀਤ ਉਹਨਾਂ ਤੱਕ ਉਹੋ ਜਿਹੇ ਗੀਤ ਲਿਖਣ ਨੂੰ ਕਹਿੰਦੇ ਵੀ ਨੇ ਮੈਨੂੰ ਬਹੁਤ ਗਾਇਕ ਨਵੇਂ ਆਏ ਨੇ ਮੈਂ ਕਿਹਾ ਨਹੀਂ ਉਹੋ ਜਿਹੇ ਗੀਤ ਮੈਂ ਤਾਂ ਲਿਖਦਾ ਨਹੀਂ ਹੈਗਾ ਵੀ ਦੂਜੇ ਗੀਤ ਹੈਗੇ ਵੀ ਉਹੋ ਜਿਹੇ ਚਲੋ ਲਿਖ ਲਿਆ ਕਰਾਂਗੇ ਜੀ ਉਹ ਤੋਂ ਬਾਅਦ ਫਿਰ ਕਰੋਨਾ ਦਾ ਆ ਗਿਆ ਫਿਰ ਕਿਸਾਨਾਂ ਦਾ ਆ ਗਿਆ ਹੁਣ ਤਾਂ ਉਈ ਸਾਰਾ ਠੱਪ ਹੈ ਪ੍ਰੋਬਲਮ ਜਿਹਾ ਹੁਣ ਵੀ ਲਿਖੀ ਦੇ ਨੇ ਲਟੇਰੀ ਜਿਹੇ ਗੀਤ ਲਿਖੀ ਦੇ ਨੇ ਉਹ ਤੋਂ ਬਾਅਦ ਹੈਗਾ ਸਮਾਂ ਠੀਕ ਹੋ ਜਾਵੇ ਥੋੜ੍ਹਾ ਜਿਹਾ ਜੀ ਬਿਲਕੁਲ ਗੀਤ ਲਿਖਾਂਗੇ ਨਵੇਂ ਗਾਇਕ ਹੈਗੇ ਵੈਸੇ ਹੈਗੇ ਕੁਝ ਵਧੀਆ ਹੈਗੇ ਉਹਨਾਂ ਤੋਂ ਰਿਕਾਰਡ ਕਰਾਵਾਂਗੇ ਅਜੇ ਵਧੀਆ ਗਾਉਣ ਵਾਲੇ ਜਿਹੜੇ ਵਧੀਆ ਗੀਤ ਗਾਉਂਦੇ ਨੇ ਉਹਨਾਂ ਤੋਂ ਰਿਕਾਰਡ ਕਰਾਵਾਂਗੇ ਹਾਂ ਵੀ ਤੁਹਾਡੇ ਗੀਤਾਂ ਨੂੰ ਉਹ ਵਧੀਆ ਇਨਸਾਫ ਕਰ ਸਕਦੇ ਆ ਕੁਛ ਇਹ ਵੀ ਹੈਗਾ ਮੈਂ ਜਲੰਧਰੋਂ ਟਾਈਮ ਲਿਆ ਹੋਇਆ ਜੀ ਢੋਲ ਧਮੱਕਾ ਜੀ ਉਹ ਪ੍ਰੋਗਰਾਮ ਜਿਹਾ ਚਲਾਈ ਦਾ ਨਾਲ ਹਾਂਜੀ ਉਹਦੇ 'ਚ ਆਪ ਵੀ ਗੀਤ ਰਿਕਾਰਡ ਕਰ ਲਈਦੇ ਆ ਜੀ ਕੁਛ ਹੋਰ ਰਿਕਾਰਡ ਲੋਕਾਂ ਦੇ ਕਰੀ ਜਾਈਦੇ ਜੀ 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 ਹਾਂਜੀ ਹੋਰ ਕੋਈ ਦਰਸ਼ਕਾਂ ਨੂੰ ਆਪਣੇ ਸਰੋਤਿਆਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਜਾਂ ਕੋਈ ਤੁਹਾਡੇ ਦਿਲ ਦੇ ਵਿੱਚ ਗੱਲ ਹੋਵੇ ਤਾਂ ਅੱਜ ਖੁੱਲ੍ਹ ਕੇ ਕਰ ਲਓ ਬਸ ਖੁੱਲ੍ਹ ਕੇ ਕਾਹਦੀ ਕਰਨੀ ਆ ਦਰਸ਼ਕ ਇੱਕ ਕਹਿਣਾ ਵੀ ਆਪਾਂ ਤਾਂ ਇਹੀ ਕਹੀਦਾ ਵੀ ਵਧੀਆ ਗੀਤ ਸੁਣੋ ਥੋੜ੍ਹੇ ਜਿਹੇ ਜੀ ਜਿਹੇ ਜਿਹੇ ਆਮ ਹੁਣ ਜਿੰਨਾ ਸਿਰ ਪੈ ਰਹੇ ਨੇ ਜੀ ਬੰਦੂਕਾਂ ਹੁਣ ਕਿੰਨੀਆਂ ਕੁ ਬੰਦੂਕਾਂ ਪਿੰਡਾਂ 'ਚ ਕਿੰਨੇ ਕਤਲ ਕਰਦੇ ਫਿਰਦੇ ਨੇ ਬਿਲਕੁਲ ਇਹ ਸਭ ਲੋਕਾਂ ਨੂੰ ਨਿਆਣਿਆਂ ਨੂੰ ਨਿੱਕੇ ਨਿੱਕੇ ਨਿਆਣਿਆਂ ਨੂੰ ਗੁੰਮਰਾਹ ਕਰਨ ਵਾਲੀ ਗੀਤ ਮਤਲਬ ਕਿ ਤੁਹਾਡਾ ਮੰਨਣਾ ਹੈ ਵੀ ਗੀਤ ਕਿਤੇ ਨਾ ਕਿਤੇ ਅਸਰ ਜ਼ਰੂਰ ਕਰਦੇ ਆ ਬਿਲਕੁਲ ਕਰਦੇ ਆ ਜੀ ਇਹਦਾ ਅਸਰ ਪੈਂਦਾ ਗੀਤਾਂ ਦਾ ਕਿਉਂਕਿ ਸੁਣਨਾ ਜਿਹੜੀ ਜੇ ਸੁਣੀ ਜਾਣੀ ਸੁਣੀ ਜਾਣੀ ਆ ਉਹਦਾ ਅਸਰ ਤਾਂ ਪਊਗਾ ਜਵਾਕਾਂ 'ਚ ਹੁਣ ਨਿੱਕੇ ਨਿੱਕੇ ਜਵਾਕ ਦੇਖਿਆ ਉਹ ਵੀ ਉਹ ਜਾਲੀ ਬੰਦੂਕਾਂ ਜਿਹੀਆਂ ਚੱਕੀ ਫਿਰਦੇ ਨੇ ਉਹ ਬਸ ਉਹਨਾਂ ਦਾ ਅਸਰ ਹੁੰਦਾ ਦਿਮਾਗ 'ਤੇ ਅਸਰ ਹੁੰਦਾ ਟੀ ਵੀ ਦੇਖਣ ਨਾਲ ਹੁਣ ਜਵਾਕਾਂ ਦਾ ਪਹਿਲਾਂ ਨਾਲ ਬਹੁਤ ਫਰਕ ਪੈ ਗਿਆ ਸਾਡੇ ਵੇਲੇ ਜਵਾਕ ਹੋਰ ਸੋਚਦੇ ਹੁੰਦੇ ਸੀ ਕੋਈ ਕੌਡੀ ਕਹਿਣਾ ਕੁਛ ਕਰਨਾ ਹੁਣ ਦੇ ਜਵਾਕ ਹੋਰ ਸੋਚਦੇ ਨੇ ਹੁਣ ਦੇ ਜਵਾਕ ਤਾਂ ਜਾਂ ਫੋਨ 'ਚ ਵੜ ਗਏ ਜਾਂ ਫਿਰ ਟੀ ਵੀ ਦੇਖਦੇ ਨੇ ਇਹੋ ਜਿਹੇ ਹਾਲ ਬੇਹ ਭਵਿੱਖ ਜਵਾਕਾਂ ਦਾ ਵਧੀਆ ਨਹੀਂ ਇਹ ਹਿਸਾਬ ਨਾਲ ਜੀ ਜੀ ਅੰਕਲ ਜੀ ਅੱਜ ਗਰਮੀ ਵੀ ਬਹੁਤ ਆ ਗਰਮੀ ਦਾ ਵੱਟ ਕੱਢੇ ਪਏ ਵੱਟ ਕੱਢੇ ਪਏ ਆ ਤੁਸੀਂ ਸਾਨੂੰ ਆਪਦੇ ਕੀਮਤੀ ਸਮੇਂ 'ਚੋਂ ਟਾਈਮ ਦਿੱਤਾ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕੋਈ ਨਾ ਸਮੇਂ ਨੂੰ ਕੀ ਆ ਸਾਨੂੰ ਜੇ ਮੈਂ ਤਾਂ ਖੁਸ਼ੀ ਹੁੰਦੀ ਹੈ ਇਹ ਜੇ ਬੰਦੇ ਮਿਲਦੇ ਰਹਿਣ ਕਿਉਂਕਿ ਹੁਣ ਘਰ ਬੈਠਿਆਂ ਵਿਹਲੇ ਜੀ ਕਿਉਂਕਿ ਬੜਾ ਜੀ ਕਰਦਾ ਵੀ ਜੋ ਜੁੜੇ ਹੋਏ ਆ ਜਿਹੜੇ ਕੰਮਾਂ ਨਾਲ ਉਹ ਜੇ ਬੰਦੇ ਮੇਰਾ ਪ੍ਰੋਗਰਾਮ ਉਹ ਵੀ ਬੰਦ ਆ ਨਹੀਂ ਤਾਂ ਕਿਉਂ ਹੁਣ ਜੀ ਨਹੀਂ ਲੱਗਦਾ ਜੀ ਬਿਲਕੁਲ ਜਿਹੜੇ ਕਲਾਕਾਰ ਦਾ ਹੋਰ ਕੰਮ ਕਰਨ ਨੂੰ ਤਾਂ ਕਰਨਾ ਨਹੀਂ ਆਹੀ ਕਰਨਾ ਇਹਦੇ ਕਰਕੇ ਥੋੜ੍ਹਾ ਜਿਹਾ ਤੁਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਰੱਬ ਕਰੇ ਵੀ ਤੁਹਾਡੀ ਕਲਮ ਨੂੰ ਹੋਰ ਤਰੱਕੀ ਦੇਵੇ ਉਹ ਹੋਰ ਵਧੀਆ ਵਧੀਆ ਗੀਤ ਲਿਖੋ ਤੁਸੀਂ ਅਤੇ ਅਸੀਂ ਸੁਣਦੇ ਰਹੀਏ ਸਾਨੂੰ ਕੰਨ ਰਸ ਮਿਲਦਾ ਰਹੇ ਅਤੇ ਅਖੀਰ 'ਤੇ ਅਸੀਂ ਫਿਰ ਧੰਨਵਾਦ ਕਰਦੇ ਹਾਂ ਜੀ ਤੁਹਾਡਾ ਵੀ ਧੰਨਵਾਦ ਸ਼ੁਕਰੀਆ